28 ਤਰੀਕ ਨੂੰ ਸ਼ਾਮ 5:30 ਵਜੇ ਕਰੀਬ ਜਿਹੜਾ ਇੱਕ ਇੰਸੀਡੈਂਟ ਹੋਇਆ ਸੀਗਾ ਬਠਿੰਡੇ ਵਿੱਚ, ਜਿਹਦੇ ਵਿੱਚ ਮਾਲ ਰੋਡ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਜੋਹਲ, ਜਿਹੜੇ ਮੇਲਾ ਦੇ ਨਾਮ ਦੇ ਵੀ ਜਾਣੇ ਜਾਂਦੇ ਸੀਗੇ, ਉਹਨਾਂ ਦੀ ਡੈਥ ਹੋ ਗਈ ਸੀਗੀ। ਦੋ ਅਸੈਲੈਂਟਸ ਮੋਟਰਸਾਈਕਲ ਤੇ ਆਏ ਸੀਗੇ ਜਿਨ੍ਹਾਂ ਨੇ ਆ ਕਰਕੇ ਫਾਇਰਿੰਗ ਕੀਤੀ ਸੀਗੀ। ਜਿਹੜਾ ਫਾਇਰ ਕਰਨ ਵਾਲਾ ਬੰਦਾ ਸੀਗਾ ਉਹਦੀ ਪਛਾਣ ਲਵਜੀਤ ਉਰਫ ਲਵੀ ਦੇ ਨਾਮ ਤੋਂ ਹੋਈ ਹੈਗੀ ਹੈ। ਅੱਜ ਜ਼ੀਰਕਪੁਰ ਜਿਹੜਾ ਬਰੀਫ ਐਨਕਾਊਂਟਰ ਹੋਇਆ ਹੈਗਾ, ਜਿਹਦੇ ਵਿੱਚ SSOC ਮੋਹਾਲੀ ਨੇ ਆਪਰੇਸ਼ਨ ਕੰਡਕਟ ਕੀਤਾ ਸੀਗਾ, ਲਵਜੀਤ ਨੂੰ ਉਹਦੇ ਸੱਟਾਂ ਲੱਗੀਆਂ ਹੈਗੀਆਂ ਨੇ, ਔਰ ਸਾਡਾ ਇੱਕ ਮੁਲਾਜ਼ਮ ਹੈਗਾ SSOC ਮੋਹਾਲੀ ਦਾ, ਉਹਨੂੰ ਵੀ ਸੱਟਾਂ ਲੱਗੀਆਂ ਨੇ ਇਸ ਐਨਕਾਊਂਟਰ ਦੇ ਦੌਰਾਨ। ਇਸ ਤੋਂ ਇਲਾਵਾ ਇਹਦੇ ਨਾਲ ਦੋ ਬੰਦੇ ਹੋਰ ਗ੍ਰਿਫਤਾਰ ਕੀਤੇ ਗਏ ਨੇ। ਪਰਮਜੀਤ ਪੰਮਾ ਹੈਗਾ, ਇਹ ਚੀਮੇ ਪਿੰਡ ਦਾ ਰਹਿਣ ਵਾਲਾ ਹੈਗਾ, ਸੰਗਰੂਰ ਦਾ, ਔਰ ਇੱਕ ਹੋਰ ਕਮਲਜੀਤ ਮੁੰਡਾ ਗ੍ਰਿਫਤਾਰ ਕੀਤਾ ਹੈਗਾ, ਉਹ ਵੀ ਮਾਨਸੇ ਦਾ ਰਹਿਣ ਵਾਲਾ ਹੈਗਾ। ਲਵਜੀਤ ਲਵੀ ਜਿਹੜਾ ਹੈਗਾ ਉਹ ਭਿੱਖੀ ਮਾਨਸੇ ਦਾ ਰਹਿਣ ਵਾਲਾ ਹੈ। ਇਹਨਾਂ ਦੇ ਤਾਰ ਜਿਹੜੇ ਹੈਗੇ ਨੇ ਉਹ ਅਰਸ਼ ਡਾਲੇ ਦੇ ਨਾਲ ਜੁੜੇ ਹੋਏ ਨੇ। ਬਾਕੀ ਜਿਹੜਾ ਦੂਜਾ ਬੰਦਾ ਸੀਗਾ ਜਿਹੜਾ ਮੋਟਰਸਾਈਕਲ ਚਲਾ ਰਿਹਾ ਸੀਗਾ, ਉਹਦੀ ਆਈਡੈਂਟੀਫਿਕੇਸ਼ਨ ਵਾਸਤੇ ਅਜੇ ਉਪਰਾਲੇ ਕੀਤੇ ਜਾ ਰਹੇ ਹੈਗੇ ਨੇ। ਉਹ ਫਰਦਰ ਇਨਵੈਸਟੀਗੇਸ਼ਨ ਵਿੱਚ ਜਿਹੜੀ ਗੱਲ ਸਾਹਮਣੇ ਆਉਂਦੀ ਉਸ ਹਿਸਾਬ ਨਾਲ ਉਹਦੇ ਵਿੱਚ ਕਾਰਵਾਈ ਕੀਤੀ ਜਾਊਗੀ।